ਬੋਲਣ ਹੀ ਨਹੀਂ ਆਇਆ ਗਰੀਬ ਦੇ ਕੋਲੋਂ, ਮੈਨੂੰ ਤਾਂ ਸੰਦ ਪਏ ਥੱਲੇ ਬਹਿ ਕੇ ਯਾਰ ਕਿਉਂ ਇਹਨਾਂ ਨਾਲ ਲੈ ਰਹੇ ਹੋ। ਉਹ ਮੈਂ ਮੀਰ ਸਲੀਮ ਦੀ ਗੱਲ ਕਰ ਰਿਹਾ ਵਾਂ, ਮੀਰ ਸਲੀਮ ਦੀ, ਉਹ ਥੋੜਾ ਸੋਚਿਆ ਕਰੋ। ਜਾਓ ਮੀਰ ਸਲੀਮ ਨੂੰ ਲੈ ਆਓ, ਮੀਰ ਸਲੀਮ ਦੇ ਅੱਗੇ ਮਹਿੰਦੀ ਲੱਗੀ ਪੈਰਾਂ 'ਚ। ਸੁਫੀਆਨ ਸਾਹਿਬ ਹੈ ਫਿਲਹਾਲ, ਇਹਦੇ ਨਾਲ ਕਸਰ ਸਲੀਮ ਕਰ ਲਓ ਤੇ ਮੈਂ ਆਇਆ ਜੇ ਇੱਕ ਮਿੰਟ ਸੈਂਪਲ ਦੇਵਾਂ, ਤੇ ਇਹ ਕਹਿੰਦੇ ਨੇ ਅੱਜ ਅਸੀਂ ਕਰਨਾ ਤੁਹਾਡਾ। ਅਸਲਾਮ ਅਲੈਕਮ ਐਵਰੀਵਨ। ਵਾਲੇਕੁਮ ਸਲਾਮ। ਯਾ ਇਹ ਤੇ ਨਹੀਂ ਲੱਗਦਾ ਮੈਂ ਪੋਸਟ ਨੂੰ ਜੱਜਾ ਆ ਜਾਂਦਾ, ਜੱਜਾ ਇੱਥੇ ਹੀ ਸੀ ਅੱਗੇ ਆ ਜਾਂਦਾ ਹੁਣ। ਸਾਨੂੰ ਲੱਗਦਾ ਵੱਡੇ ਹਥਿਆਰ ਅਸੀਂ ਸੁਕਾਣੇ ਹੀ ਪੈਣੇ ਨੇ, ਉਹ ਤੁਸੀਂ ਤਾਂ ਕੋਈ ਤਜਰਬਾ ਕਰਕੇ ਕੋ ਆਲਮ ਬਣਾ ਲਓ ਯਾਰ। ਤੇ ਤੁਸੀਂ ਜਾਓ ਨਾ, ਤੁਸੀਂ ਸਾਇੰਸੀ ਤਜਰਬਾ ਕਰਕੇ। ਕਸਰੇ ਸਲੀਬ ਦਾ ਬੜਾ ਅੱਛਾ ਮੌਕਾ ਮਿਲਿਆ, ਜੋਸਫ ਪੱਟੀ ਆ ਕੇ ਬੈਠਾ ਹੋਇਆ ਇੰਤਜ਼ਾਰ ਕਰ ਰਿਹਾ, ਸਲੀਬ ਹੱਥੇ ਫੜੀ ਹੈ, ਗੱਲ 'ਚ ਪਾਈ ਉਹਨੇ ਕਿ ਆ ਜਾਓ ਅਤੇ ਕਸਰੇ ਸਲੀਬ ਕਰਕੇ ਖਾਓ। ਇਸ ਤੋਂ ਵੱਡੀ ਤੁਹਾਨੂੰ ਹੁਣ ਕੀ ਚਾਹੀਦੀ, ਇੰਨੀ ਅਪਰਚੁਨਿਟੀ ਤੁਹਾਨੂੰ ਕੌਣ ਦੇਗਾ ਦੱਸੋ ਮੈਨੂੰ। ਉਹ ਇੱਕ ਅੱਧਾ ਰਹਿਣਾ ਵੀ ਚਾਹੀਦਾ ਨਾ, ਸਾਰੀ ਕਸਰੇ ਸਲੀਬ ਥੋੜ੍ਹੀ ਕਰ ਲੈਂਦੇ ਹਾਂ। ਸਲਾਮ ਅਲੈਕਮ। ਮੈਂ ਨਾ ਉਸਮਾਨ ਬਈ, ਤੁਹਾਨੂੰ ਪਤਾ ਨਹੀਂ ਕੀ ਹੈਂਗ ਹੋ ਰਿਹਾ, ਮੈਂ ਇੱਥੋਂ ਆਊਟ ਹੋ ਕੇ ਨਾ ਇੱਕ ਮਿੰਟ ਦੁਬਾਰਾ ਆਉਣ ਲੱਗਾ। ਰੁਕੋ, ਆ ਜਾਓ। ਅਭੀ ਤੱਕ ਦੰਦਾਂ ਤੇ ਬੋਟੀਆਂ ਫਸੀਨੇ, ਅਸੀਂ ਜਿਹੜਾ ਬੱਕਰਾ ਫਾੜਿਆ ਨਾ ਰਾਤੀ, ਇਸਲਾਮ ਦੀ ਫਤਿਹ ਜਿਹੜੀ ਹੋਈ ਹੈ ਦੰਦ। ਜਿਹੜਾ ਬੱਕਰਾ ਫਾੜਿਆ ਤੁਸੀਂ, ਉਹਦਾ ਹਿਸਾਬ ਕੌਣ ਦੇਗਾ ਹੁਣ, ਚੰਦੇ 'ਚ ਪੈਸੇ ਕੱਟਣੇ ਪੈਣੇ ਉਹਦੇ ਦੀ। ਕੀ ਜਿਹੜਾ ਮੇਲਤੀ ਜਮਾਤਿਆਂ ਦੀ ਖੁੱਡੇ ਲਾਈ, ਉਹਦਾ ਕੀ ਕਰਨਾ ਜੇ। ਉਹ ਸੇਲ ਨਾ ਸਰ, ਉਹ ਬੰਦਾ ਵੇ ਜਿਹੜਾ ਅੱਧਾ ਸਿਗਰਟ ਪੀਂਦਾ ਅੱਧਾ ਬਚਾ ਲੈਂਦਾ, ਕਿਉਂਕਿ ਚੰਦੇ ਦੇ ਪੈਸੇ ਪੂਰੇ ਨਹੀਂ ਹੁੰਦੇ ਉਹਦੇ, ਤੇ ਕਹਿੰਦੇ ਮੈਂ ਬੱਕਰਾ ਫੜਿਆ, ਕੋਈ ਮੰਨਣ ਵਾਲੀ ਗੱਲ ਹੈ। ਅੱਛਾ, ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿਹੜਾ ਮੀਰ ਲਤੀਫ ਜਮਾਤ ਅਹਿਮਦੀ ਆ, ਪੂਰੀ ਜਮਾਤ ਅਹਿਮਦੀ ਆ ਖੁੱਡੇ ਲਾਈ, ਉਹਦਾ ਕੀ ਕਰਨਾ ਜੀ ਸੁਹੇਲ। ਕੀ ਮੌਜਾ ਸੀ ਯਾਰ, ਪੂਰੀ ਰਾਤ ਜਸ਼ਨ ਮਨਾਇਆ, ਆਤਿਸ਼ਬਾਜ਼ੀ ਕੀਤੀ, ਇਸਲਾਮ ਦੀ ਫਤਿਹ ਹੋਈ ਹੈ। ਓਏ ਹੋਏ ਹੋਏ, ਪਤਾ ਹੁੰਦਾ ਨਾ। ਚੱਲ ਦਾਵਾ ਦੱਸ, ਦਾਵਾ ਕੀ ਸੀ ਅਮਰ ਭਾਈ ਦਾ? ਉੱਥੇ ਕੁਰਾਨ ਦੀ ਆਇਤਾਂ, ਇੱਥੇ ਸਾਹਮਣੇ ਕੀ ਸੀ? ਚਾਰ ਪਰਚੀਆਂ। ਉਹ ਤੋਂ ਯਾਰ ਇਬਨੇ ਮਾਜਾ ਦੀ ਇਲਮੋ ਫਰਾਸਤ ਦਾ ਵੇਖੋ ਨਾ, ਕੁਰਾਨ ਹਦੀਸ ਜਾਣਦੇ ਸੀ। ਉਹਨੇ ਕਿਹਾ ਆਮਿਰ ਪੈਨ ਤੁਸੀਂ ਕੱਢੋ ਤਸ਼ੀਦੁਲ ਅਸਾਨ ਦਾ, ਹੁਣ ਤੁਹਾਡੇ ਕੋਲ ਇੱਕੋ ਹੀ ਹਥਿਆਰ ਰਹਿ ਗਿਆ, ਉਹ ਵੀ ਕੱਢ ਛੱਡੋ। ਅੱਛਾ, ਇਹ ਗੱਲ ਦੱਸ, ਹੁਣ ਮੈਂ ਤੈਨੂੰ ਸਵਾਲ ਇੱਕ ਛੋਟਾ ਜਿਹਾ ਕਰਨਾ। ਇਹ ਜੋਸਫ ਭੱਟੀ ਸਾਹਿਬ ਆਏ ਨੇ ਤੁਹਾਡੇ ਕੋਲ ਸਾਹਮਣੇ, ਅਤੇ ਇਹ ਕਹਿੰਦੇ ਨੇ ਤੁਸੀਂ ਅਗਰ ਮੈਨੂੰ ਮੁਸਲਮਾਨ ਕਰਨਾ ਵੇ ਦੱਸੋ ਮੈਂ ਕੀ ਕਰਾਂ, ਤੁਸੀਂ ਇਹਨਾਂ ਨੂੰ ਕਿਹੜੀ ਸ਼ਾਇਦ ਪੇਸ਼ ਕਰੋਗੇ ਮੁਸਲਮਾਨ ਹੋਣ ਵਾਸਤੇ? ਇਹ ਤਾਂ ਬੜਾ ਆਸਾਨ ਕੰਮ ਹੈ ਇਹਨਾਂ ਦੇ ਵਾਸਤੇ, ਕੋਈ ਮਸਲਾ ਹੀ ਕੋਈ ਨਹੀਂ। ਦੱਸੋ ਕਿਹੜੀ ਸ਼ਾਇਦ ਪੇਸ਼ ਕਰੋਗੇ? ਅਸੀਂ ਸਭ ਤੋਂ ਪਹਿਲੇ ਕਵਾਂਗੇ ਕਿ ਜਿਹੜਾ ਤੁਸੀਂ ਆਪਣਾ ਅਕੀਦਾ ਹੈ ਨਾ ਹਜ਼ਰਤ ਈਸਾ ਅਲੈਹਿ ਸਲਾਮ ਨੂੰ ਖੁਦਾ ਦਾ ਬੇਟਾ ਮੰਨਣ ਦਾ, ਉਹ ਅਸੀਂ ਸਭ ਤੋਂ ਪਹਿਲੇ ਇਹ ਜਿਹੜਾ ਹੈ ਨਾ ਇਹ ਅਕੀਦਾ ਇਹਨਾਂ ਦੇ ਕੋਲੋਂ ਖਤਮ ਕਰਾਉਣਾ ਵਾ। ਅਸੀਂ ਕਿਹੜੀ ਜਗ੍ਹਾ ਤੋਂ ਕਰਾਓਗੇ? ਇਹ ਜਿਹੜੇ ਇਹਨਾਂ ਦੇ ਮੁਸਲਮਾਨ ਨੇ, ਸਾਡੇ ਕੋਲ ਹਰ ਚੀਜ਼ ਪਈ ਹੈ ਕੁਰਾਨ ਹਦੀਸ ਦੀ ਰੋਸ਼ਨੀ 'ਚ, ਸਾਡੇ ਅੱਗੇ ਟਿੱਕ ਹੀ ਕੋਈ ਨਹੀਂ ਸਕਦਾ। ਤਾਂ ਸਰ ਜੀ ਪੁੱਛ ਰਹੇ ਨੇ ਨਾ ਕਿਹੜੀ ਸ਼ੈ ਪੇਸ਼ ਕਰੋਗੇ, ਕਿਹੜੀ ਸ਼ੈ ਪੇਸ਼ ਕਰਕੇ ਖਤਮ ਕਰਾਓਗੇ ਇਹਨਾਂ ਦਾ ਅਕੀਦਾ ਵਾਲਾ? ਇਹ ਜਦੋਂ ਆਪਣੇ ਮੁਸਲਮਾਨ ਦੱਸਿਆ ਅਸੀਂ ਬਾਈਬਲ 'ਚੋਂ ਵੀ ਕਰਾ ਲਾਂਗੇ, ਓਲਡ ਟੈਸਟਮੈਂਟ ਜਿਹੜੀ ਹੁੰਦੀ ਹੈ। ਯਾਰ ਇਹ ਨਾ ਠੀਕ ਹੋ ਗਿਆ। ਉਹ ਮਰੱਬੀ ਸਾਹਿਬ ਕਿਹੜੀ ਸ਼ੈ ਕਿਹੜੀ ਕਿਤਾਬ ਪੇਸ਼ ਕਰੋਗੇ? ਮੈਂ ਵੀ ਜ਼ੇਰੇ ਤਰਬੀਅਤ ਹਾਂ, ਜ਼ੇਰੇ ਤਾਮੀਰ ਹੈਗਾ, ਅਲਫਾਜ਼ ਦਾ ਜ਼ਖੀਰਾ ਵੀ ਘੱਟ ਹੈਗਾ, ਤਾਂ ਇਲਮੀ ਦਾਇਰਾ ਵੀ ਇੰਨਾ ਵਸੀ ਨਹੀਂ ਹੈਗਾ, ਮੈਂ ਵੀ ਜ਼ੇਰੇ ਤਾਮੀਰ ਹੈਗਾ। ਮਸੀਹ ਸਾਹਿਬ ਤੇ ਕਹਿ ਗਏ ਨੇ ਮੇਰਾ ਬੱਚਾ ਬੱਚਾ ਸ਼ੇਰ ਹੈ, ਬੱਚਾ ਬੱਚਾ ਜਵਾਬ ਦੇਗਾ, ਤੇ ਤੂੰ ਇਹ ਕੋਈ ਜਵਾਬ ਹੈ ਦੇ ਤੋ ਰੇਨੇ ਜਵਾਬ ਯਾਰ। ਅਸੀਂ ਕੱਲ ਜੋ ਬੱਕਰਾ ਫਾੜਿਆ ਨਾ, ਇਹਨਾਂ ਦਾ ਨਾ ਜੀ ਸੂਦ ਨਾ ਸੁਹੇਲਾ ਨਾਸਰ ਸਾਹਿਬ, ਸੁਹੇਲਾ ਨਾਸਰ ਸਾਹਿਬ ਦੱਸੋ ਕਿ ਇਹ ਬਾਈਬਲ ਦੀ ਲੈਂਗੁਏਜ ਚ ਬੇਟੇ ਨੂੰ ਕੀ ਕਹਿੰਦੇ ਨੇ? ਮੈਂ ਵੀ ਜ਼ੇਰੇ ਤਾਮੀਰ ਹੈਗਾ, ਜ਼ੇਰੇ ਤਰਬੀਅਤ ਹੈਗਾ। ਕਿਹੜੀ ਸ਼ੈ ਪੇਸ਼ ਕਰੋਗੇ ਕਿ ਮੁਸਲਮਾਨ ਹੋ ਜਾਣ? ਇਹ ਜਵਾਬ ਇਹਦੇ ਕੋਲ ਹੈ ਕੋਈ ਨਹੀਂ। ਸੁਫੀਆਨ ਸਾਹਿਬ ਜ਼ੇਰੇ ਤਮੀਰ, ਅਜੇ ਸਿਰਫ ਉਹਦਾ ਟੋਇਲਟ ਬਣੇ। ਕਮੋਡ ਲੱਗਾ। ਅੱਛਾ,
ਸੇਲ ਯਾਰ ਜਵਾਬ ਦੇ ਦੇ ਇੰਨੀ ਨਕਰਾ ਮਸਲਾ ਬਸ ਦਾ ਪਖਾਨਾ ਮੰਗਵਾਇਆ ਗਿਆ ਬਸ ਵੇਖ ਲਓ ਅਸੀਂ ਤੇ ਤੁਹਾਨੂੰ ਵੇਖੋ ਕੋਈ ਵੱਡਾ ਸਵਾਲ ਨਹੀਂ ਕੀਤਾ ਤੇ ਤੁਸੀਂ ਚੂਕੇ ਦਾਅਵਾ ਕੀਤਾ ਕਿ ਅਸੀਂ ਤੇ ਬਾਈਬਲ 'ਚ ਵੀ ਸਾਬਤ ਕਰ ਦਾਂਗੇ ਕਿ ਖੁਦਾ ਦਾ ਕੋਈ ਬੇਟਾ ਨਹੀਂ ਹੈ ਤੇ ਮੈਂ ਇਸ ਲਈ ਪੁੱਛਿਆ ਕਿ ਬਿਬਲੀਕਲ ਲੈਂਗੁਏਜ ਦੇ ਵਿੱਚ ਬੇਟੇ ਨੂੰ ਕੀ ਕਹਿੰਦੇ ਨੇ ਸੁਫਿਆਨ ਦੇ ਜੇ ਅਸੀਂ ਇਹਨਾਂ ਦੀਆਂ ਕਿਤਾਬਾਂ ਤੋਂ ਸਾਬਤ ਕਰ ਦਈਏ ਕਿ ਮਿਰਜ਼ਾ ਸਾਹਿਬ ਤੇ ਆਪ ਵੀ ਖੁਦਾ ਦਾ ਪੁੱਤ ਬਣਦੇ ਸਨ ਤਾਂ ਫਿਰ ਕੀ ਕਰਾਂਗੇ ਆਈ ਤੁਹਾਨੂੰ ਵੀ ਨਸ਼ਾ ਚੜ ਗਿਆ ਮਿਰਜ਼ਾ ਸਾਹਿਬ ਦੀ ਕਿਤਾਬਾਂ ਦਾ ਵਾਬੀ ਬਰੇਲਵੀ ਦਿਓਬੰਦੀ ਦਾ ਉਧਰ ਨਹੀਂ ਜਾਣਾ ਪੱਟੀ ਸਾਹਿਬ ਉਧਰ ਨਹੀਂ ਜਾਣਾ ਤੁਸੀਂ ਅੱਛਾ ਕਿਉਂਕਿ ਉਹ ਇਹਨਾਂ ਨੂੰ ਅੱਜ ਪਤਾ ਲੱਗਾ ਹੈ ਕਿ ਨਸ਼ਾ ਚੜਿਆ ਹੈ ਔਰ ਜੋਜ਼ਫ ਦੇ ਤੁਹਾਨੂੰ ਪਤਾ ਹਵਾਲੇ ਬਹੁਤ ਜ਼ਿਆਦਾ ਇਹ ਬਰਾਡਾਂ ਦੇ ਉੱਤੇ ਇਸਤੇਮਾਲ ਹੁੰਦੇ ਨੇ ਤੁਹਾਨੂੰ ਇਹ ਨਹੀਂ ਕੋਈ ਪਤਾ ਪਰਚੀਆਂ ਤੁਹਾਡੇ ਕੋਲ ਵੀ ਪਹੁੰਚ ਗਈਆਂ ਜੇਬਾਂ 'ਚ ਤੁਸੀਂ ਪਰਚੀਆਂ ਲੈ ਲੈ ਕੇ ਫਿਰ ਰਹੇ ਨੇ ਜਿਹੜੀ ਮੁਸਲਮਾਨ ਇਹਨਾਂ ਦੀ ਹੈਗੀ ਬਾਈਬਲ ਹੈਗੀ ਓਲਡ ਟੈਸਟੀਮੈਂਟ ਹੈਗੀ ਤੇ ਦੂਜੀ ਨਿਊ ਟੈਸਟੀਮੈਂਟ ਹੈਗੀ ਉਹਦੇ ਵਿੱਚ ਹਰ ਚੀਜ਼ ਸਾਡੇ ਕੋਲ ਹਵਾਲਾ ਜਾਤ ਪਏ ਨੇ ਇਹ ਦੂਜੀ ਸਾਹ ਨਹੀਂ ਕੱਢ ਸਕਦੇ ਇਹ ਜੋਜ਼ਫ ਮਸੀਹ ਜਿਹੜੇ ਨੇ ਸਹੀ ਤਾਰਕ ਸਾਹਿਬ ਮੈਂ ਤੇ ਉਹਨਾਂ ਨੂੰ ਪੇਸ਼ ਕਰਾਂਗਾ ਕੁਰਾਨ ਸ਼ਰੀਫ ਲੇਕਿਨ ਤੁਸੀਂ ਉੱਤੇ ਆ ਜਾਓ ਤੁਸੀਂ ਦੱਸ ਦਿਓ ਤੁਸੀਂ ਕੀ ਪੇਸ਼ ਕਰੋਗੇ ਆਓ ਉੱਤੇ ਮਿਹਰਬਾਨੀ ਕਰੋ ਸਾਡੇ ਤੇ ਚਲੋ ਹੁਣ ਇਹ ਸਾਡਾ ਸਾਹ ਬੰਦ ਕਰ ਦਿਓ ਨਾ ਫਿਰ ਤੇਰੇ ਸਾਹ ਆ ਜਾਓ ਤਿੰਨ ਦਿਨ ਵਾਸਤੇ ਤਿੰਨ ਬਕਰੇ ਪਾੜਨੇ ਆ ਤਿੰਨ ਦਿਨ ਅਸੀਂ ਇਸਲਾਮ ਦੀ ਫਤਹ ਦਾ ਜਸ਼ਨ ਮਨਾਵਾਂਗੇ ਤੁਸੀਂ ਤੁਹਾਡੇ ਕੋਲ ਸਭ ਕੁਝ ਪਿਆ ਹੋਵੇ ਤੇ ਤੁਸੀਂ ਥੋੜੀ ਜਿਹੀ ਮਿਹਰਬਾਨੀ ਕਰਕੇ ਸਿਰਫ ਇਹਨਾਂ ਦੱਸ ਦਿਓ ਕਿ ਬਿਬਲੀਕਲ ਲੈਂਗੁਏਜ 'ਚ ਬੇਟਾ ਕਿਵੇਂ ਕਹਿੰਦੇ ਨੇ ਕਿਹਨੂੰ ਕਹਿੰਦੇ ਨੇ ਔਰ ਉਹਨੂੰ ਅਸਲ ਦੇ ਵਿੱਚ ਉਹਦਾ ਸਿਰਫ ਉਹਦਾ ਤਲਫਜ਼ ਹੀ ਦੱਸ ਦਿਓ ਅਸਲਾਮ ਅਲੈਕਮ ਸਾਰਿਆਂ ਨੂੰ ਗੱਲ ਇਹ ਕਿ ਮੈਂ ਹੈ ਬਿਜ਼ੀ ਹਾਂ ਲੇਕਿਨ ਮਤਲਬ ਤੁਸੀਂ ਕਿਹਾ ਤਾਂ ਮੈਂ ਪਹਿਲੇ 8-9 ਜਿਹੜੇ ਮੁਸਲਮਾਨ ਨੇ ਲਓ ਜੀ ਜ਼ਰਾ ਆਪਣਾ ਕੀ ਨਾਲ ਤੁਹਾਡੀ ਬਾਤ ਮਾਨ ਭਾਈ ਇਹ ਮੇਰੀ ਦੂਜੀ ਆਈਡੀ ਹੋ ਗਈ ਠੀਕ ਉਹਨੂੰ ਲਵੋ ਉੱਤੇ ਓਕੇ ਓਕੇ ਭਈ ਨਾ ਇਹ ਮਤਲਬ ਤੁਸੀਂ ਕਿਉਂ ਨਹੀਂ ਇਸਲਾਮ ਪੇਸ਼ ਕਰਦੇ ਤੁਸੀਂ ਤੇ ਆਪਣਾ ਇਹਨਾਂ ਨੂੰ ਮਦਦਗਾਰ ਬਣਾਇਆ ਤੇ ਅਸੀਂ ਮਿਰਜ਼ਾ ਸਾਹਿਬ ਅਸਲਾਮ ਅਲੈਕਮ ਕੀ ਹਾਲ ਹੈ ਤੁਹਾਡਾ ਠੀਕ ਹੋ ਤੁਸੀਂ ਅੱਲਾਹ ਦਾ ਕਰਮ ਹੈ ਬਿਲਕੁਲ ਅਸਾਂ ਤੁਹਾਡੇ ਕੋਲ ਮੋਦਬਾਨਾ ਸਵਾਲ ਆਈ ਹੈ ਕਿ ਅਗਰ ਜੋਜ਼ਫ ਸਾਹਿਬ ਤੁਹਾਡੇ ਕੋਲ ਆਏ ਨੇ ਤੇ ਉਹ ਕਹਿੰਦੇ ਨੇ ਮੁਸਲਮਾਨ ਮੈਨੂੰ ਕਰਨਾ ਜੇ ਤੇ ਮੈਨੂੰ ਕੋਈ ਸ਼ੈ ਪੇਸ਼ ਕਰੋ ਤੁਸੀਂ ਕਿਹੜੀ ਸ਼ੈ ਪੇਸ਼ ਕਰੋਗੇ ਨਾ ਸਾਹਿਬ ਮੈਂ ਪਹਿਲੇ ਆਪਣੇ ਆਪ ਨੂੰ ਮੇਰੀ ਦੱਸੋ ਮੈਂ ਆਪਣੇ ਆਪ ਨੂੰ ਤਾਂ ਮੁਸਲਮਾਨ ਕਰ ਲਾਂ ਫਿਰ ਇਹਨਾਂ ਨੂੰ ਵੀ ਕਰ ਲਾਂ ਤੇ ਮੈਂ ਆਪਣੇ ਅਮਾਲ ਸਿੱਧੇ ਕਰ ਲਾਂ ਨਾ ਤੇ ਫਿਰ ਅਗਲੀ ਗੱਲ ਕਰਾਂਗੇ ਤੁਹਾਡੇ ਕੋਲ ਮੁਕੰਮਲ ਇਸਲਾਮ ਹੈ ਖਤਮੇ ਨਬੂਤ ਵਾਲਾ ਇਸਲਾਮ ਹੈ ਹਜ਼ਰਤ ਮਸੀਹ ਇਬਨੇ ਮਰੀਮ ਦੇ ਦੁਬਾਰਾ ਆਉਣ ਵਾਲਾ ਇਸਲਾਮ ਹੈ ਤੁਸੀਂ ਤੇ ਇਹਨਾਂ ਨੂੰ ਇਸਲਾਮ ਹੀ ਲਿਆਓ ਆਪਣਾ ਫੱਡਾ ਚੱਲਦਾ ਪਿਆ ਮਿਰਜ਼ਾ ਸਾਹਿਬ ਨਾਲ ਉਹਨਾਂ ਦਾ ਸਾਡੇ ਨਾਲ ਫੱਡਾ ਹੁੰਦਾ ਤੇ ਅਸੀਂ ਫਿਰ ਚੀਜ਼ ਹੁਣ ਤੁਹਾਡਾ ਫੱਡਾ ਸਾਡਾ ਸਵਾਲ ਉੱਥੇ ਹੀ ਹੈ ਕਿ ਆਉਣ ਵਾਲੇ ਮਸੀਹ ਇਬਨੇ ਮਰੀਮ ਜਿਹੜੇ ਨੇ ਉਹਨਾਂ ਨੇ ਸ਼ਰੀਅਤ ਮੁਹੰਮਦੀ ਦੇ ਤਹਿਤ ਆਉਣਾ ਜਾਂ ਉਹਨਾਂ ਨੇ ਆਪਣੀ ਸ਼ਰੀਅਤ ਬਣੀ ਇਸਰਾਇਲ ਦੇ ਤਹਿਤ ਆਉਣਾ ਉਹਨਾਂ ਤੁਹਾਨੂੰ ਯਹੂਦੀ ਜਾਂ ਮਸੀਹ ਬਣਾਉਣਾ ਜਾਂ ਤੁਸੀਂ ਉਹਨਾਂ ਨੂੰ ਜਿਹੜਾ ਹੈ ਲੋ ਜੀ ਜਦੋਂ ਪੱਟੀ ਸਾਹਿਬ ਬੈਠੇ ਨੇ ਸੁਫਿਆਨ ਭਾਈ ਬੈਠੇ ਨੇ ਮੈਂ ਇੱਥੇ ਗੱਲ ਕਰਨਾ ਤੇ ਮੈਂ ਇੱਥੇ ਗੱਲ ਕਰਨਾ ਉਹਨਾਂ ਆਉਣਾ ਇਸਲਾਮ ਨੇ ਇਹਨਾਂ ਨਾਲ ਤੇ ਗੱਲ ਕਰਨੀ ਉਹਨਾਂ ਆਉਣਾ ਉਹਨਾਂ ਆਉਣਾ ਸ਼ਰੀਅਤ ਮੁਹੰਮਦੀ ਦੇ ਵਿੱਚ ਉਹਨਾਂ ਦੇ ਜੋ ਉਹਨਾਂ ਦੇ ਯਾਨੀ ਕਿ ਜ਼ਿੰਮੇਦਾਰੀਆਂ ਜੋ ਕੰਮ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਹਦੀਸ ਦੇ ਵਿੱਚ ਪੇਸ਼ਨਗੋਈਆਂ ਕੀਤੀਆਂ ਨੇ ਸੋਰੀ ਮੇਰਾ ਮਾਈਕ ਮਿਊਟ ਸੀ ਇਹਨਾਂ ਨੂੰ ਉਦੋਂ ਵੀ ਇਸ ਚੀਜ਼ ਦਾ ਜਵਾਬ ਦਿੱਤਾ ਸੀ ਤੇ ਇਹ ਚਲੇ ਚੁਲੇ ਗਏ ਸਨ ਇਹ ਇਹਨਾਂ ਨੂੰ ਮੈਂ ਪੁੱਛਿਆ ਸੀ ਕਿਉਂਕਿ ਮੈਨੂੰ ਤਾਂ ਕੰਮ ਹੈਗਾ ਮੈਂ ਤੇ ਉਹ ਫਿਰ ਨਾ ਕਰੂੰ ਨਾ ਜਦੋਂ ਤੁਹਾਡੇ ਕੋਲ ਟਾਈਮ ਹੋਏਗਾ ਤਾਂ ਕਰ ਲਿਆ ਜੀ ਗੱਲ ਮੈਂ ਤੇ ਤੁਹਾਨੂੰ ਭੱਟੀ ਸਾਹਿਬ ਕੁਝ ਕਿਹਾ ਹੀ ਨਹੀਂ ਮੈਂ ਤੇ ਉਹ ਉਸਮਾਨ ਸਾਹਿਬ ਤੁਸੀਂ ਪੁੱਛਣ ਦੇ ਹੋ ਨਾ ਬਈ ਉਹਨੇ ਤੁਹਾਨੂੰ ਇਸ ਗੱਲ ਦਾ ਜਵਾਬ ਦਿੱਤਾ ਉਹ ਭਾਈ ਜਾਨ ਗੱਲ ਤੇ ਸੁਣੋ ਨਾ ਮੈਂ ਤੁਹਾਡੇ ਨਾਲ ਕੋਈ ਗੁਸਤਾਖੀ ਕੀਤੀ ਕਿ ਬੇਅਦਬੀ ਕੀਤੀ ਮੈਂ ਕਦੋਂ ਕੋਈ ਕਿਹਾ ਤੁਹਾਨੂੰ ਗੁਸਤਾਖੀ ਕੀਤੀ ਮੈਂ ਇਹ ਗੁਜ਼ਾਰਿਸ਼ ਕਰ ਰਿਹਾ ਮੈਨੂੰ ਬੁਲਾਇਆ ਉਸਮਾਨ ਡਾਰ ਨੇ ਉਹ ਆਪਣਾ ਬਰਖਰਦਾਰ ਹੈ ਇੱਜ਼ਤ ਨਾਲ ਗੱਲ ਕਰਦਾ ਹੈ ਮੈਂ ਵੀ ਉਹਦੀ ਇੱਜ਼ਤ ਕਰਨਾ ਉਹਨਾਂ ਨੇ ਉਹਨੂੰ ਬੁਲਾਇਆ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਨਾ ਅਸੀਂ ਦਾਅਵੇਦਾਰ ਹਾਂ ਮੁਸਲਮਾਨ ਹੋਣ ਦੇ ਇਹ ਵੀ ਦਾਅਵੇਦਾਰ ਨੇ ਮੁਸਲਮਾਨ ਹੋਣ ਦੇ ਤੁਸੀਂ ਮੁਸਲਮਾਨ ਨਹੀਂ ਤੁਸੀਂ ਕਿੰਨੀ ਦੇਰ 'ਚ ਜਾਣਾ ਪਹਿਲਾਂ ਤੇ ਇਹ ਦੱਸੋ ਨਾ ਕਿ ਤੁਸੀਂ ਆਪਣੀ ਗੱਲ ਕਰਕੇ ਚਲੇ ਜਾਓ ਇਹ ਤੇ ਨਾ ਫਿਰ ਬਾਰੇ 'ਚ ਮੈਂ 2-3 ਮਿੰਟ ਚੱਲ ਜਾਣਾ ਬਸ ਇਹ ਮੁਸਲਮਾਨ ਗੱਲ ਨਾ ਕਰੋ ਰਹਿਣ ਦੋ ਮੇਰੇ ਨਾਲ ਕਸਮੇ ਸਲੀਬ ਦਾ ਦਾਵਾ ਨਹੀਂ ਨਾ ਫਿਰ ਰਹਿਣ ਦੋ ਤੁਹਾਡੇ ਨਾਲ ਮੈਂ ਕਰ ਹੀ ਨਹੀਂ ਰਿਹਾ
ਨਹੀਂ ਨਹੀਂ ਤੁਸੀਂ ਫਿਰ ਉਹ ਜਿਹੜੀ ਗੱਲ ਤੁਸੀਂ ਕਰਨ ਦੇ ਉਹਨਾਂ ਨਹੀਂ ਸੁਣੋ ਤਾਰਕ ਸਾਹਿਬ ਗੱਲ ਸੁਣੋ ਤੁਹਾਡੇ ਨਾਲ ਨਹੀਂ ਗੱਲ ਤੁਸੀਂ ਗੱਲ ਕਰਨ ਦੇ ਉਹ ਸਾਡੇ ਮੁਤਲਕ ਹੀ ਹੈ ਨਾ ਉਹ ਮਸਾਇਆ ਦੇ ਮੁਤਲਕ ਹੈ ਸਾਡੇ ਮੁਤਲਕ ਹੈ ਤੁਹਾਡੇ ਮੁਤਲਕ ਹੈ ਹੀ ਨਹੀਂ ਮੇਰਾ ਸਾਡੇ ਮੁਤਲਕ ਜਿੰਨੇ ਵੀ ਕਰਦੇ ਨੇ ਕਰ ਲੈਂਦੇ ਨੇ ਮੈਨੂੰ ਕੀਤਾ ਤਾਂ ਮੈਂ ਉਹਨਾਂ ਨੂੰ ਕਰਦਾ ਪਿਆ ਤੁਹਾਡਾ ਮੁਤਲਕ ਹੀ ਕੀ ਕੀ ਕਹਿਣਾ ਚਾਹੁੰਦੇ ਨੇ ਕਹਿ ਦਿੰਦੇ ਹੋ ਕਹੋ ਕੀ ਕਹਿਣਾ ਚਾਹੁੰਦੇ ਨਹੀਂ ਇਹ ਵਿੱਚ ਜਦੋਂ ਸਾਨੂੰ ਜੇ ਤੁਸੀਂ ਕਹਿੰਦੇ ਦਾਵਤ ਇਸਲਾਮ ਕਰੋ ਅਸੀਂ ਜਿੱਥੇ ਮੁਨਾਸਿਬ ਸਮਝਨੇ ਆ ਅਸੀਂ ਉੱਥੇ ਕਰਨੇ ਹਾਂ ਸਹੀ ਹੈ ਤੁਸੀਂ ਇਹਨਾਂ ਨੂੰ ਲਿਆਂਦੇ ਜੇ ਤੇ ਤੁਸੀਂ ਇਹਨਾਂ ਨੂੰ ਤੇ ਤੁਹਾਡਾ ਕੰਮ ਹੈ ਨਾ ਦਾਵਤ ਦੇ ਅੱਜ ਅਪਾਇੰਟਮੈਂਟ ਤੁਸੀਂ ਦਿੱਤੀ ਹੈ ਨਾ ਤੁਹਾਡੇ ਬੰਦੇ ਹੀ ਦਿੱਤੀ ਹੈ ਮੈਂ ਤੇ ਨਹੀਂ ਦਿੱਤੀ ਮੈਨੂੰ ਤਾਂ ਪਤਾ ਵੀ ਨਹੀਂ ਤੁਹਾਡੇ ਬੰਦੇ ਦੀ ਦਿੱਤੀ ਅਪਾਇੰਟਮੈਂਟ ਤੇ ਆਏ ਨੇ ਬੰਦਿਆਂ ਦੇ ਜਿੰਮਾ ਮੇਰੇ ਤੇ ਤਾਂ ਨਾ ਲਾ ਦਿਓ ਨਹੀਂ ਨਹੀਂ ਲੇਕਿਨ ਇਹ ਕਿ ਉਹ ਆਏ ਨੇ ਤੇ ਉਹ ਤੁਹਾਡੇ ਹੀ ਬੁਲਾਉਣ ਤੇ ਮਤਲਬ ਆਏ ਨੇ ਨਹੀਂ ਨਹੀਂ ਮੇਰੇ ਬੁਲਾਉਣ ਤੇ ਨਹੀਂ ਆਏ ਮਨ ਤੇ ਉਸਮਾਨ ਡਾਰ ਸਾਹਿਬ ਨੇ ਬੁਲਾਇਆ ਤੇ ਮੈਂ ਇੱਕ ਵਾਰੀ ਤੇ ਮਾਜ਼ਰਤ ਕਰ ਲਈ ਸੀ ਫਿਰ ਦੁਬਾਰਾ ਬੁਲਾਇਆ ਤੇ ਮੈਂ ਆ ਗਿਆ ਕਿਉਂਕਿ ਮੈਨੂੰ ਕੰਮ ਹੈਗਾ ਮੇਰੇ ਕੋਲ ਆਰਡਰ ਹੈ ਮੈਂ ਅਗਲੇ 4-5 ਮਿੰਟ ਹੀ ਲੈਣਾ ਮਸੀਬ ਨੇ ਮਰੀਮ ਨੇ ਆਣਾ ਉਹਨਾਂ ਨੇ ਸਲੀਬ ਤੋੜਨੀ ਹੈ ਕਿ ਸਲੀਬ ਨੂੰ ਜਿਹੜਾ ਜਾਰੀ ਕਰਨਾ ਇਹ ਤਾਂ ਤੁਹਾਡਾ ਕੰਮ ਹੈ ਨਾ ਉਹਨਾਂ ਨਾਲ ਮੁਕਾਉਣਾ ਨਹੀਂ ਫੈਸਲਾ ਤੇ ਕਰੋ ਨਾ ਕਿ ਉਹਨਾਂ ਨੇ ਇਸ ਕੰਮ ਆਣਾ ਕਿ ਉਸ ਕੰਮ ਆਣਾ ਇਹ ਤੇ ਗੱਲ ਮੈਂ ਉਹੀ ਪਹਿਲਾਂ ਨੇ ਪਹਿਲਾਂ ਹੀ ਮਕਾ ਲਓ ਛੁਰੀਆਂ ਦੋ ਦਿਓ ਜੀ ਸਾਨੂੰ ਇੱਕ ਲੈ ਜੋਜ਼ਫ ਸਾਹਿਬ ਅੱਛਾ ਉਹ ਜਿਹੜੀਆਂ ਉਹ ਸਲੀਬੀ ਜੰਗਾਂ ਹੋਈਆਂ ਨੇ ਤੁਹਾਡੇ ਤੇ ਆ ਗਏ ਨੇ ਨਾ ਸਾਡੇ ਤੇ ਜਦੋਂ ਆਣਗੇ ਤੇ ਫੈਸਲਾ ਕਰ ਲੈ ਸਾਨੂੰ ਪਹਿਲਾਂ ਲੜਾਉਂਦੇ ਹੋ ਆਪ ਨਹੀਂ ਉਹ ਕਰਦੇ ਤੁਹਾਡਾ ਦੇ ਉਹ ਕੀ ਲਗਾ ਉਹ ਸਲੀਬੀ ਜੰਗਾਂ ਮੈਂ ਕਰਵਾਈਆਂ ਨੇ ਨਹੀਂ ਸਲੀਬੀ ਜੰਗਾਂ ਤੇ ਯੂਬੀ ਵਾਲੀਆਂ ਜਿਹੜੀਆਂ ਸਲੀਬੀ ਜੰਗਾਂ ਮੈਂ ਕਰਵਾਈ ਉਹਦੇ ਵਿੱਚ ਜੰਗ ਦਾ ਜ਼ਿਕਰ ਹੈ ਕਿ ਕਸਰੇ ਸਲੀਬ ਦਾ ਜ਼ਿਕਰ ਹੈ ਨਹੀਂ ਤੇ ਮੈਂ ਉਹੀ ਕਹਿੰਦਾ ਤੁਸੀਂ ਕਿਹਾ ਨਾ ਸਾਡੀ ਪਹਿਲੇ ਛੁਰੀਆਂ ਚਲਵਾ ਦਿਓ ਜੰਗ ਕਰਾ ਦਿਓ ਤੇ ਮੈਂ ਹੀ ਪੁੱਛ ਲਿਆ ਮਤਲਬ ਇਹ ਕਿ ਹੁਣ ਜਿਹੜੀ ਕਸਰੇ ਸਲੀਬ ਵਾਲੀ ਗੱਲ ਹੈ ਉਹ ਤੇ ਈਸਾ ਅਲੈਹ ਸਲਾਮ ਦੇ ਨਜ਼ੂਲ ਨਾਲ ਮਸ਼ਰੂਤ ਹੈ ਨਾ ਹਾਂ ਤੇ ਅੱਲਾਹ ਦੇ ਨਬੀ ਨੇ ਮਾਤਾ ਨਾ ਨਹੀਂ ਤੇ ਤੁਸੀਂ ਇਹਨਾਂ ਕੋ ਪੁੱਛ ਲਓ ਨਾ ਸਾਡੇ ਨਬੀ ਨੇ ਇਹ ਫਰਮਾਇਆ ਹੈ ਕਿ ਉਹ ਉਹਨਾਂ ਨੇ ਜਦੋਂ ਤਸ਼ਰੀਫ ਲਿਆਣਾ ਹੈ ਤੇ ਉਹਨਾਂ ਨੇ ਵੀ ਸਲੀਬ ਤੋੜਨੀ ਹੈ ਤਾਂ ਵੀ ਤੋੜ ਦੀ ਜਾਣਾ ਨੇ ਨਾ ਮੁਤਫਕ ਹੋ ਲੈ ਵੀ ਤੋੜਨੀ ਜੇ ਉਹਨਾਂ ਨੇ ਜੋਜ਼ਫ ਸਾਹਿਬ ਮੁਤਫਕ ਹੋ ਭਾਵੇਂ ਨਾ ਬੋ ਨਾ ਤੋੜਨੀ ਜਦੋਂ ਈਸਾ ਅਲੈਹ ਸਲਾਮ ਆਇਆ ਜਵਾਬ ਲੈਣ ਦਾ ਟਾਈਮ ਆਇਆ ਤੇ ਕਿਵੇਂ ਹੁਣ ਇਹਨਾਂ ਦਾ ਟਾਈਮ ਹੋ ਗਿਆ ਲਿਫਰੂੰਗ ਦੇਣ ਜਾ ਰਹੇ ਨੇ ਵੇਖਿਆ ਭਾਈ ਤੁਹਾਡੇ ਤੇ ਮਿਰਜ਼ਾ ਸਾਹਿਬ ਆ ਗਏ ਨੇ ਨਾ ਉਹਨਾਂ ਦਾ ਤੇ ਦਾਅਵਾ ਕਿ ਮੈਂ ਕਸਰੇ ਸਲੀਬ ਕਰ ਦਿੱਤੀ ਹੈ ਤੇ ਤੁਸੀਂ ਤੇ ਕਰੋ ਅਗਾਂਹ ਓਕੇ ਸਾਡੇ ਤੇ ਮਸੀਹ ਅਲੈਹ ਸਲਾਮ ਆਵਣਗੇ ਤੇ ਫਿਰ ਅਸੀਂ ਕਰਾਂਗੇ ਨਾ ਤੇ ਤੁਸੀਂ ਤੇ ਕਰ ਦਿੱਤੀ ਹੈ ਤੇ ਸਲੀਬ ਲੈ ਕੇ ਅਗਲੇ ਸਾਹਮਣੇ ਖਲੋਤੇ ਨੇ ਕੋਈ ਹਾਲ ਨਹੀਂ ਇਹਨਾਂ ਦਾ ਆ ਬਈ ਟਰੂ ਮੁਸਲਿਮ ਅੱਗੇ ਕੀ ਕਹਿ ਕੇ ਗਿਆ ਅਲੀ ਮੈਂ ਉਸੇ ਬਿਜ਼ੀ ਸਾਂ ਮੈਨੂੰ ਕਾਲ ਆਈ ਸੀ ਕਿਸੇ ਦੀ ਤੇ ਕੀ ਕਹਿੰਦਾ ਸੀ ਇਹਨੇ ਕੋਈ ਗੱਲ ਛਲ ਨਹੀਂ ਕੀਤੀ ਬਸ ਇਹਦੇ ਤੇ ਗੱਲਾਂ ਕਰ ਚਲਾ ਗਿਆ ਕੋਈ ਨਹੀਂ ਸੁਕਿਆ ਅੱਛਾ ਮੈਂ ਨਾ ਕਾਲ ਤੇ ਬਿਜ਼ੀ ਸਾਂ ਮੈਂ ਇਹਦੀ ਆਈਡੀ ਦੇਖੀ ਤੇ ਮੈਂ ਕਿਹਾ ਕੋਈ ਸ਼ਾਇਦ ਲੱਗਿਆ ਕਿਸੇ ਨੇ ਬਹਿਸ ਦੱਸ ਕਰਨਾ ਅੱਛਾ ਜੀ ਕਸਰੇ ਸਲੀਬ ਵਾਲੇ ਕਿੱਧਰ ਗਏ ਨੇ ਕਿੱਧਰ ਗਏ ਨੇ ਕਸਰੇ ਸਲੀਬ ਵਾਲੇ ਮੈਂ ਮਾਨ ਚੱਜੇ ਨੂੰ ਵੈਸੇ ਖਿਲਾ ਦਿੱਤਾ ਹੈ ਪਰਸਨਲ ਦੇ ਵਿੱਚ ਉਹਨੂੰ ਮੈਂ ਮੈਸੇਜ ਵੀ ਕਰ ਦਿੱਤਾ ਹੈ ਖਲੋ ਜਾ ਮੈਨੂੰ ਕਾਲ ਕਰਨਾ ਸੱਚੇ ਉਹਨੇ ਕੋ ਨਹੀਂ ਜਾ ਰਿਹਾ ਕੋਲ ਦੇ ਵੇਖਿਆ ਉਹਨੇ ਮੇਰੀ ਸਖਤੀ ਨੇ ਮੈਸੇਜ ਨਾਲ ਦਿੱਤੀ ਹੁੰਦੀ ਮੈਂ ਲਿਆਵਾਂ ਉਹਨੂੰ ਫੜ ਕੇ ਬਈ ਇੱਧਰ ਆ ਕਸਰੇ ਸਲੀਬ ਵਾਲੇ ਆਏ ਨਹੀਂ ਇਹ ਟਰਨ ਕਰਨ ਦੀ ਬੜੀ ਕੋਸ਼ਿਸ਼ ਕਰਦੇ ਨੇ ਮੁੱਦੇ ਨੂੰ ਨਾ ਜੋਜ਼ਫ ਸਾਹਿਬ ਸਾਡੇ ਹਾਲ ਨਾਲ ਮਸੀਹ ਕਹਿੰਦਾ ਕਿ ਜੀ ਮੈਨੂੰ ਤੁਸੀਂ ਮੁਸਲਮਾਨ ਕਰੋ ਜਾਂ ਮੈਨੂੰ ਕੋਈ ਜਵਾਬ ਦਿਓ ਆਪ ਸੁਸਲਮ ਦੇ ਬਾਅਦ ਹੁਣ ਥੱਲੇ ਇੱਕ ਬੰਦਾ ਰਾਣਾ ਅਸਦ ਲਿਖ ਰਿਹਾ ਹੈ ਕਿ ਆਮਿਰ ਵਹਾਬੀ ਤੇ ਜੋਜ਼ਫ ਚੂੜਾ ਕਲ ਵਾਲੀ ਜਲਾਲਤ ਘਰੋਂ ਨਾ ਰੋ ਰਹੇ ਮੈਨੂੰ ਤੇ ਪਤਾ ਹੀ ਕੋਈ ਨਹੀਂ ਕੱਲ ਹੋਇਆ ਕੀ ਹੈ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੇ ਜਿਹੜੇ ਮੰਨਣ ਵਾਲੇ ਨੇ ਉਹ ਸਾਰੇ ਖਾਕ ਰੋਬ ਨੇ ਅਲਫਜ਼ਲ ਦੇ ਵਿੱਚ ਵੀ ਲਿਖਿਆ ਕਿ ਹੁਣ ਤੇ ਜੀ ਇੱਕ ਵੱਡੀ ਤਾਦਾਦ ਜਿਹੜੀ ਗਟਰ ਖੋਲਣ ਵਾਲੀ ਚੂੜੇ ਚਮਾਰ ਖਾਕ ਰੋਬ ਉਹਨਾਂ ਸਾਰਿਆਂ ਇੱਕ ਵੱਡੇ ਚੂੜੇ ਯਾਨੀ ਕਿ ਮਿਰਜ਼ਾ ਕਾਦੀਆਨੀ ਨੂੰ ਕਬੂਲ ਕੀਤਾ ਅੱਗੋਂ ਜ਼ਬਾਨ ਸੰਭਾਲ ਕੇ ਗੱਲ ਕਰਿਆ ਜੇ ਜੇ ਸਾਨੂੰ ਕੁਝ ਕਹੋਗੇ ਤੇ ਅਸੀਂ ਮਿਰਜ਼ਾ ਕਾਦੀਆਨੀ ਮੈਂ ਕੋ ਨਹੀਂ ਜੀ ਆਸਰਾ ਕਰਦਾ ਮੈਂ ਮਿਰਜ਼ਾ ਕਾਦੀਆਨੀ ਨੂੰ ਤੁੰਨ ਤੰਨ ਕੇ ਰੱਖ ਦਿੰਦਾ ਵਾਂ ਠੀਕ ਹੈ ਤੇ ਤਮੀਜ਼ ਦੇ ਨਾਲ ਗੱਲ ਕਰੋ ਤਾਂ ਕਿ ਤਮੀਜ਼ ਦੇ ਨਾਲ ਜਵਾਬ ਦਿੱਤਾ ਜਾਏ
ਹਾਕਰੋ ਵਾਲਾ ਵਾਲਾ ਕਿੱਥੇ ਜੇ ਅਮਰ ਭਾਈ ਹੈ ਉਹ ਪੀਰ ਇਮਾਮਦੀਨ ਸੀ ਕਿ ਪੀਰ ਨਿਜ਼ਾਮਦੀਨ ਬਣਿਆ ਸੀ ਇਹਨਾਂ ਦਾ ਇਹਨਾਂ ਦਾ ਉਹ ਵੀ ਇੱਕ ਸਿਲਸਿਲਾ ਹੈ ਇਮਾਮਦੀਨ ਪੀਰ ਇਮਾਮਦੀਨ ਉਹ ਨਾ ਪੀਰ ਬਣਿਆ ਸੀ ਨਜਬ ਭਾਈ ਇਹਦਾ ਕਜ਼ਨ ਜਿਹੜਾ ਵੇ ਹਾਕਰੋ ਵੀ ਵਾਕਈ ਕਰਦੇ ਰਹੇ ਨੇ ਉਹਦੀ ਫੋਟੋ ਵੇਖਣੀ ਜੀ ਇਮਾਮਦੀਨ ਦੀ ਭੇਜੋ ਇਹਨੂੰ ਫੋਟੋ ਤੇ ਲਾਇਓ ਜਰਾ ਇੱਕ ਮਿੰਟ ਲਓ ਜੀ ਅੱਜ ਤੇ ਤੁਸੀਂ ਇਮਾਮਦੀਨ ਨੇ ਦੇਖਿਆ ਤੇ ਤੁਹਾਨੂੰ ਅੱਜ ਫੋਟੋ ਵਿਖਾ ਦੇਣਾ ਇਮਾਮਦੀਨ ਦੀ ਨਜਰ ਸਾਹਿਬ ਇਹ ਪੀਸ ਹੈ ਜੀ ਉਹਨਾਂ ਦਾ ਚਮਾੜਾ ਦਾ ਤੁਹਾਡਾ ਭਲਾ ਹੋ ਜੇ ਸਿਰਫ ਲੋਹੇ ਦੇ ਉੱਤੇ ਸਪੰਜ ਉਹ ਗੱਦੀ ਗੱਦੀ ਸੀ ਇਹ ਮਜ਼ਾਕ ਨਹੀਂ ਹੈ ਕੋਈ ਗੱਦੀ ਸੀ ਇਹਨੇ ਕਿ ਹੁਕਮ ਦਿੰਦਾ ਸੀ ਫਲਾਣਾ ਗੱਟਰ ਤੇਰੇ ਵਾਲੇ ਫਲਾਣੇ ਮਹੱਲੇ ਦੀਆਂ ਨਾਲੀਆਂ ਤੇਰੇ ਵਾਲੇ پائے جاتے ہیں بلکہ بعض پیشوں میں 80-90% اور بعض پیشوں میں 100% احمدی نظر آتے آئے ہیں شاید آج سے چند سال پہلے میں یہ نہ کہہ سکتا کہ ہر شعبے میں احمدی کا دھیان بکثرت موجود ہیں کیونکہ خاک روب اے مرزیو چوڑو سنو خاک روب جن کا کوئی مذہب نہیں ہوتا احمدی نہیں ہوئے تھے مگر اب اللہ تعالیٰ کے فضل سے بہت سے خاک روب یعنی چوڑے چماڑ مسلی بھی احمدی ہیں اور کہا جا سکتا ہے کہ ہر پیشے کے احمدی کا دھیان میں موجود ہیں پھر ان علاقوں میں جہاں پھرنے سے وحشت ہوئی ہوتی تھی اور جھاؤ ہی جھاؤ نظر آتا تھا جھاڑو ہی جھاڑو کے لکھیا پتہ نہیں وہاں سب اللہ تعالیٰ کے فضل سے عمارتیں ہی عمارتیں بنی ہوئی ہیں ٹھیک ہے تے تمیز دے نال گل کریا کرو نہیں تے پھر ایتھے جڑا نا مسئلہ بڑا خراب ہونا جے چلو میں دا مطلب ہے بھولے دا وی دادا ہاکرو بھی رہے نہیں مرزا کدی نہیں آپ ہی چوڑا سی گیا چھپڑ میں نہا دسو کہ میں صاف ہو گیا اچھا کنی کو دیر انتظار کرنا پائے گا عامر بھائی 10 منٹ اور کر لو جی بس نہیں ਭਾਈ ਤੁਸੀਂ ਕਿਧਰੇ ਨਹੀਂ ਜਾਣਾ ਨਹੀਂ ਨਹੀਂ ਉਹ ਅਸਲੇ ਚ ਉਹਦਾ ਇੰਤਜ਼ਾਰ ਦੀ ਕਰ ਰਹੇ ਕਾਲ ਕੀਤੀ ਉਹਨੇ ਕਾਲ ਵੀ ਨਹੀਂ ਕੀਤੀ ਤੇ ਬਿਜ਼ੀ ਉਹ ਨਿਕਲੋ ਗਏ ਆਪਣਾ ਰਿਪਲੇਸਮੈਂਟ ਲੇਕਿਨ ਅੱਜ ਮੌਜੂਦ ਰਿਹਾ ਇੱਥੇ ਮੈਂ ਵੇਖਿਆ ਇੱਥੇ ਬਰਾਡ ਤੇ ਬੈਠਾ ਰਿਹਾ ਇੱਕ ਹੋਰ ਨੂੰ ਬੁਲਾਇਆ ਵੇ ਉਹ ਵੀ ਸ਼ਾਇਦ ਆ ਕੇ ਕਰ ਲਵੇ ਮੁਸਲਮ ਦੇ ਨਾਂ ਦੀ ਆਈਡੀ ਹੈ ਆ ਜਾ ਸਰ ਜੀ ਤੁਸੀਂ ਕੁਝ ਬਿਆਨ ਕਰ ਦਿਓ ਵੈਸੇ ਤਾਂ ਮੀਰ ਲਤੀਫ ਨੂੰ ਆਉਣਾ ਚਾਹੀਦਾ ਹੈ ਕਿਉਂਕਿ ਉਹ ਐਕਸਪਰਟ ਵੀ ਹੈ ਤੇ ਉਹਨੇ ਪੀਐਚਡੀ ਵੀ ਕੀਤੀ ਹੋਈ ਹੈ ਇਸ ਉੱਤੇ ਓਏ ਉਹਨੇ ਜਿਹੜੀ ਪੀਐਚਡੀ ਕੀਤੀ ਹੈ ਨਾ ਉਹ ਮੈਂ ਹੁਣ ਤੁਹਾਨੂੰ ਕੀ ਦੱਸਾਂ ਇਹ ਫਿਰਿਆ ਹੋਇਆ ਦਿਮਾਗ ਵਾਲੀ ਕੀਤੀ ਹੈ ਨਾ ਮਿਰਜ਼ਾ ਸਾਹਿਬ ਅੰਗਰੋਂ ਨਾ ਇਹਨੇ ਵੀ ਲੈਟਰੀਨ ਦੇ ਵਿੱਚ ਕਿਲੇ ਬਹਿ ਕੇ ਤੇ ਸਾਰੀਆਂ ਪਰਚੀਆਂ ਪੁਰਚੀਆਂ ਪੜੀਆਂ ਨੇ ਤੇ ਵੱਲਾ ਤੁਹਾਨੂੰ ਮੈਂ ਦੱਸਣ ਡਿਆ ਕਿ ਮੈਂ ਮੁਸਲਿਮ ਮਸੀਹੀ ਡਿਬੇਟਸ ਵਗੈਰਾ ਨਾ ਜੇ ਸਾਡੇ ਸੀ ਡੀ ਵਾਲੇ ਕਰਦੇ ਨੇ ਕ੍ਰਿਸਚਨ ਡਿਬੇਟ ਅਕੈਡਮੀ ਵਾਲੇ ਜਾਂ ਮੈਥਿਊ ਸੁਲੇਮਨ ਵਗੈਰਾ ਸੋਲਮਨ ਅਕੈਡਮੀ ਕਰਦੇ ਨੇ ਉਹਨਾਂ ਦੀ ਜ਼ਿਆਦਾਤਰ ਨਾ ਇਹਨਾਂ ਦੇ ਨਾਲ ਹੁੰਦੀਆਂ ਨੇ ਡਿਬੇਟਾਂ ਇਹ ਜਿਹੜੇ ਐਲ ਹਦੀਸ ਵਗੈਰਾ ਨੇ ਤੇ ਉਹਨਾਂ ਦੇ ਨਾਲ ਹੀ ਜ਼ਿਆਦਾ ਹੁੰਦੀਆਂ ਨੇ ਡਿਬੇਟਾਂ ਉਹ ਇੱਕ ਹਕੀਮ ਇਮਰਾਨ ਸਾਹਿਬ ਕਵੇ ਉਹ ਬਾਬਾ ਰੌਲਾ ਰੌਲਾ ਪਾ ਕੇ ਰੱਖਦਾ ਬੰਦਾ ਤੇ ਉਹਦੇ ਯਕੀਨ ਕਰੋ ਕਿ ਜਿੰਨੀ ਉਹਦੀ ਸਾਰੀ ਤਿਆਰੀ ਹੋਈ ਹੁੰਦੀ ਹੈ ਨਾ ਸਾਰੀ ਤਿਆਰੀ ਮੀਰ ਲਤੀਫ ਫੜ ਕੇ ਉੱਥੋਂ ਲਿਖ ਲੈਂਦਾ ਤੇ ਆ ਕੇ ਡਿਬੇਟਾਂ ਦੇ ਵਿੱਚ ਇਸਤੇਮਾਲ ਕਰਦਾ ਸਾਰੇ ਹਵਾਲੇ ਉਹਦੇ ਹੁੰਦੇ ਨੇ ਇਹਦੀ ਆਪਣੀ ਕੋਈ ਤਹਿਕੀਕ ਨਹੀਂ ਹੁੰਦੀ ਤੇ ਹਾਕ ਰੋਪਾਂ ਦੇ ਬੱਚੇ ਸਾਨੂੰ ਬਹੁਤ ਚੈਲੰਜ ਕਰਦੇ ਨੇ ਯਾਰ ਕੈਸਾ ਦੌਰ ਆ ਗਿਆ ਕੱਢਣੇ ਗਟਰ ਦੇ ਖਾਣੇ ਖੀਰੇ ਫਿਰ ਵੀ ਕਹਿਣਾ ਸੀ ਰਹੀ ਦੇ
ਕੀ ਪਿਆਦ ਹੈ ਤੂੰ ਸੁਲਝਾਨਾ ਸੰਭਲ ਆਪਣੀ ਜਿਹਨੇ ਪੈਨਸ਼ਨ ਚੋਰੀ ਕੀਤੀ ਮੇਰੇ ਕਜ਼ਨ ਦੇ ਨਾਲ ਇਹ ਜੋ ਮਾਮਦੀਨ ਯਾਰ ਆ ਭੋਲੇ ਨੂੰ ਕੋਈ ਗੱਟਰ ਦਾ ਦਿਓ ਯਾਰ ਠੇਕਾ ਭੋਲੇ ਨੂੰ ਕੀ ਹੋਇਆ ਭੋਲੇ ਨੂੰ ਗੱਟਰ ਦਾ ਠੇਕਾ ਦਿਓ ਜੀ ਕੋਈ ਯਾਰ ਇਹ ਤੇ ਮੇਜ਼ੇ ਨਾਲ ਤੇ ਹੀ ਵੱਲ ਸੀ ਪੀਰ ਪੀਰ ਇਮਾਮ ਦੀ ਨਸਤ ਜ਼ਿਆਦਾ ਚੰਗਾ ਸੀ ਮਿਰਜ਼ੇ ਨਾਲੋਂ ਚੱਕਰ ਇਹਨੂੰ ਬਣਾ ਲੈਂਦੇ ਆਪਣਾ ਭਲਾ ਅੱਛਾ ਆਮਿਰ ਭਾਈ ਅੱਛਾ ਸਿੱਖਾਂ ਦੀ ਨਹੀਂ ਟੋਪੀ ਮਿਰਜ਼ਾ ਕਾਦੀਆਨੀ ਨੇ ਜਿਹੜੀਆਂ ਤੰਦੂਰ ਦੀਆਂ ਰੋਟੀਆਂ ਹੁੰਦੀਆਂ ਨਾ ਉਹ ਪੱਗ ਆਪਣੀ ਵੱਢ ਕੇ ਨਾ ਥੋੜੀ ਜਿਹੀ ਤੇ ਉਹਨੇ ਉਹਦੇ ਚ ਰੋਟੀਆਂ ਲਪੇਟ ਕੇ ਲੈ ਕੇ ਗਿਆ ਸੀ ਘਰ ਇਹ ਹਵਾਲਾ ਮੇਰੇ ਕੋਲ ਮੌਜੂਦ ਹੈ ਸ਼ਾਇਦ ਲੱਭਣਾ ਪਏਗਾ ਪਤਾ ਤੁਹਾਨੂੰ ਇਸ ਗੱਲ ਦਾ ਨਹੀਂ ਨਹੀਂ ਅੱਛਾ ਇੱਥੇ ਪੀਰ ਇਮਾਮ ਦੀਨ ਦਾ ਕੱਟ ਸਿੰਘ ਇਮਾਮ ਦੀ ਜ਼ਿਆਦਾ ਲੱਗ ਰਿਹਾ ਹੈ ਕਿਸੇ ਵੀ ਸਿੱਖ ਨੂੰ ਵਿਖਾਓਗੇ ਭਾਈ ਕਹਿ ਗਏ ਸਾਡਾ ਕੋਈ ਸਰਦਾਰ ਹੀ ਹੈ ਅੱਛਾ ਜੀ 5 ਵਜੇ ਦਾ ਟਾਈਮ ਸੀ ਡਿਬੇਟ ਦਾ ਤੇ 5:30 ਹੋ ਗਏ ਅਗਰ ਮੈਂ ਗਲਤ ਨਹੀਂ ਹਾਂ ਹਾਂਜੀ ਸੁਫੀਆਨ ਭਾਈ ਕਿੱਥੇ ਹੋ ਤੁਸੀਂ ਨਹੀਂ ਨਹੀਂ ਸੁਫੀਆਨ ਭਾਈ 6 ਵਜ ਗਏ ਨੇ ਤੁਹਾਡੇ ਉੱਥੇ ਇੱਥੇ 3 ਵਜ ਗਏ ਨੇ ਮੇਰੇ ਕੋਲ 5 ਵਜੇ ਨੇ 5:54 ਹੋ ਗਏ ਠੀਕ ਹੋ ਗਏ ਹੁਣ ਦੇਖ 6 ਮਿੰਟ ਹੀ ਰਹਿ ਗਏ ਨੇ 6 ਵਜਣ ਚ ਤੇ ਇਹ ਤੇ 1 ਘੰਟਾ ਉੱਤੇ ਚਲਾ ਗਿਆ ਤੋ ਮੇਰਾ ਖਿਆਲ ਹੈ ਕਿ ਉਹ ਅਸਲ ਦੇ ਵਿੱਚ ਸਾਡੀ ਜਿਹੜੀ ਨਾ ਬਰਾਡ ਵੀ ਉਹ ਵੀ ਥੋੜੀ ਜਿਹੀ ਉਹ ਹੋਈ ਹੈ ਨਾ ਲੇਟ ਹੋਈ ਹੈ ਅੰਜੀਲੇ ਬਰਨਾਬਾਸ ਕਦੋਂ ਯਾਨੀ ਕਿ ਮਿਲੀ ਸੀ ਯਾਨੀ ਕਿ ਮੁਤਲਿਫ ਅੰਜੀਲ ਜਾ ਕੇ ਲੇਕਿਨ ਇਹਦੀ ਜਿਹੜੀ ਹੋਵੇ ਨਾ ਕਾਰਬਨ ਡੇਟਿੰਗ ਇਹ 13ਵੀਂ ਸਦੀ ਦੀ ਹੈ ਲੇਕਿਨ ਇੱਕ ਮੁਹਤਾਤ ਅੰਦਾਜ਼ਾ ਜਿਹੜਾ ਉਹ 13ਵੀਂ ਸਦੀ ਦਾ ਹੀ ਦਿੱਤਾ ਜਾ ਸਕਦਾ ਉਹਦੇ ਵਿੱਚ ਮਸਲਾ ਇਹ ਵੇ ਕਿ ਇੱਕ ਤੇ ਜਿਹੜੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਨਾ ਉਹ 13ਵੀਂ ਸਦੀ ਤੋਂ ਬਾਅਦ ਦੇ ਵਿੱਚ ਹੋਈਆਂ ਨੇ
ਉਹ 13ਵੀਂ ਸਦੀ ਤੱਕ ਕਦੀ ਕੰਮ ਹੋਏ ਨਹੀਂ ਨੇ ਉਹਦੇ ਵਿੱਚ ਲਿਖੇ ਨੇ ਤੇ ਦੂਸਰੀ ਗੱਲ ਇਹ ਵੀ ਕਿ ਬਕਾਇਦਾ ਦੀ ਕਾਰਬਨ ਡੇਟਿੰਗ ਕਰਵਾਈ ਗਈ ਹੈ ਤਰੀਫਾਂ ਕੀਤੀਆਂ ਨੇ ਜ਼ਿਲ੍ਹੇ ਬਰਨਾਬਾਸ ਦੀਆਂ ਤੇ ਮੰਨ ਲੈਣ ਜਿਹੜੀ ਗੱਲਾਂ ਲਿਖੀਆਂ ਨੇ ਉਹ ਮੰਨਣ ਫਿਰ ਕਿਉਂਕਿ ਬਕੌਲ ਜ਼ਿਲ੍ਹੇ ਬਰਨਾਬਾਸ ਦੇ ਮਸਾਇਆ ਸਲੀਬ ਦੇ ਉੱਤੇ ਚੜ੍ਹੇ ਕੋਨੀ ਨੇ ਫਿਰ ਮੰਨ ਲੈਣ ਇਸ ਅੰਜੀਲ ਨੂੰ ਮੰਨਣ ਇਹ ਸਲੀਬ ਦੇ ਉੱਤੇ ਚੜ੍ਹਾਉਂਦੇ ਫਿਰਦੇ ਨੇ ਮਸਾਇਆ ਨੂੰ ਅੰਜੀਲੇ ਬਰਨਾਬਾਸ ਕਹਿੰਦੀ ਮਸੀਹ ਚੜ੍ਹੇ ਨਹੀਂ ਨੇ ਅੱਛਾ ਦੂਸਰੀ ਅੰਜੀਲ ਤੇ ਅੰਜੀਲੇ ਬਰਨਾਬਾਸ ਦੇ ਵਿੱਚ ਕੀ ਸਿਮਿਲੈਰਿਟੀਜ਼ ਕੀ ਨੇ ਕੋਈ ਇੱਕ ਚੀਜ਼ ਦੀ ਵੀ ਸਿਮਿਲੈਰਿਟੀ ਨਹੀਂ ਹੈ ਇਹਦੇ ਵਿੱਚ ਮਸਾਇਆ ਕਹਿ ਰਹੇ ਨੇ ਮੈਂ ਮਸੀਹ ਨਹੀਂ ਹਾਂ ਅੰਜੀਲੇ ਬਰਨਾਬਾਸ ਚ ਮਲੇ ਇਸ ਚੀਜ਼ ਨੂੰ ਜੋ ਇੱਕ ਮਸੀਹ ਔਨ ਹੀ ਨਹੀਂ ਕਰਦੇ ਫਿਰ ਤੁਸੀਂ ਉਹਨੂੰ ਕਿਸ ਤਰ੍ਹਾਂ ਉਹਨਾਂ ਦੀ ਕਿਤਾਬ ਕਹਿ ਸਕਦੇ ਹਾਂਜੀ ਇਸ ਤੇ ਰੈਫਰੈਂਸ ਦੇਣਾ ਹੀ ਗਲਤ ਹੈ ਕਾਫੀ ਤਜ਼ਾਦ ਗੱਲਾਂ ਨੇ ਤੁਹਾਡੇ ਵਾਸਤੇ ਵੀ ਸਾਡੇ ਵਾਸਤੇ ਤੇ ਚਲੋ ਇੱਕ ਹੈ ਤੂੰ ਜਿਹੜੀ ਤੁਸੀਂ ਦੱਸੀ ਹੈ ਤੁਹਾਡੇ ਵਾਸਤੇ ਤਜ਼ਾਦ ਹੈ ਕਾਫੀ ਜ਼ਿਆਦਾ ਉਹਦੇ ਵਿੱਚ ਅੰਜੀਲੇ ਬਰਨਾਬਾਸ ਦੀ ਅਸਲ ਹਿਸਟਰੀ ਕੀ ਹੈ ਯਾਨੀ ਕਿ ਨਹੀਂ ਜਨਾਬ ਥੋੜਾ ਬਹੁਤ ਦੱਸ ਨਾ ਤੋਂ ਮਨਸੂਬ ਕੀਤੀ ਜਾਂਦੀ ਹੈ ਲੇਕਿਨ ਇਹ ਕਿਸੇ ਮਸੀਹੀ ਨੇ ਵੀ ਨਹੀਂ ਲਿਖੀ ਤੇ ਨਾ ਕਿਸੇ ਯਹੂਦੀ ਨੇ ਲਿਖੀ ਕਿਉਂਕਿ ਇਹਦਾ ਜਿਹੜਾ ਲਿਖਾ ਦਈਏ ਨਾ ਉਹ ਸਾਫ਼ ਪਤਾ ਲੱਗਦਾ ਕਿ ਇਹ ਬੰਦਾ ਯਹੂਦੀ ਨਹੀਂ ਜੇ ਅੱਛਾ ਜੀ ਇੱਕ ਮਿੰਟ ਅੱਛਾ ਮੈਨੂੰ ਇਹ ਦੱਸੋ ਕਿ ਅੰਜੀਲ ਜਿਹੜੀ ਹੈ ਹਜ਼ਰਤ ਈਸਾ ਅਲੈਹਿ ਸਲਾਮ ਦੇ ਦੌਰ 'ਚ ਹੀ ਇਕੱਠੀ ਰਹੀ ਹੈ ਕਿ ਜਾਂ ਅਲੱਗ ਅਲੱਗ ਸੀ ਨਹੀਂ ਮਸਾਇਆ ਦੇ ਦੌਰ ਤੋਂ ਬਾਅਦ ਜੀ ਬਾਅਦ 'ਚ ਇਕੱਠੀ ਕੀਤੀ ਗਈ ਹੈ ਇਸੇ ਵਾਸਤੇ ਜਿਹੜੀਆਂ ਕਿਵੇਂ ਜੀ ਬੈਕ ਕਰਨੇ ਹਨ ਬੁੱਕ 66 ਬੁੱਕਸ ਜਿਹੜੀਆਂ ਨਾ ਜਿਹੜੀ ਬਾਈਬਲ ਤੁਸੀਂ ਪੜ੍ਹਦੇ ਹੋ ਨਾ ਅੱਜ ਜਿਹੜੀ ਇੰਗਲਿਸ਼ ਇੱਥੇ ਮਿਲਦੀ ਹੈ UK ਵਿੱਚ ਵੀ ਉਹ ਵੀ 66 ਬੁੱਕਸ ਜਿਹੜੀਆਂ ਨੇ ਉਹਦੀ ਉਹਦੇ ਵਿੱਚੋਂ ਨਾ ਲੈ ਕੇ ਬਣੀ ਹੋਈ ਹੈ ਪੂਰੀ ਮਤਲਬ ਜਿਹਦੇ ਵੀ ਹਵਾਰੀ ਇਨਸਾਨ ਨਾ ਉਹਨਾਂ ਦੇ ਉਹਨਾਂ ਕੋਲੋਂ ਸਾਰਾ ਲਿਆ ਗਿਆ ਮਤਲਬ ਮਟੀਰੀਅਲ ਅੱਛਾ
ਅੱਛਾ ਹੁਣ ਖਾਲੀ ਜੇ ਕੈਮਰਾ ਖੋਲਣਾ ਹੋਏ ਤੇ ਫਿਰ ਕਿਵੇਂ ਖੁੱਲੇਗਾ ਜੀ? ਸਿਰਫ ਖਾਲੀ ਕੈਮਰਾ, ਬਸ ਹੁਣ ਸਿਰਫ ਕੈਮਰਾ ਖੋਲਣਾ ਚਾਹ ਰਿਹਾ ਹਾਂ ਮੈਂ, ਬਸ ਬੈਕ ਕਰਨਾ। ਤੋ ਤੁਸੀਂ ਉਹਨੂੰ ਖੋਲੋ ਨਾ ਆਪਣੇ ਕੈਮਰੇ ਨੂੰ ਕਲਿੱਕ ਕਰਕੇ ਤੇ ਕੈਮਰਾ ਉੱਪਰ ਕਰਕੇ ਲਾਈਵ ਸੇਵ ਕਰ ਲਓ। ਭਾਈ ਵਾਂਗਾ ਜਾ ਕੇ ਸਭ ਕੈਮਰਾ ਓਪਨ ਹੀ ਹੈ, ਵੈਸੇ ਤੇ ਬੈਕ ਤੇ ਨਹੀਂ ਜਾ ਰਿਹਾ। ਬਸ ਉੱਤੇ ਉਹਨੂੰ ਨਨ ਤੇ ਕਰੋ ਨਾ ਤੁਸੀਂ, ਉਹਦੇ ਤੇ ਗ੍ਰੀਨ ਤੇ ਲਾਇਆ। ਅੱਛਾ ਅੱਛਾ ਅੱਛਾ, ਨਹੀਂ ਤੇ ਵਾਪਸ ਆ ਜਾਓ ਥੱਲੇ ਜਾ ਕੇ, ਵਾਪਸ ਆਓ ਉੱਤੇ, ਠੀਕ ਹੋ ਗਿਆ। ਉਹ ਕੋਈ ਮਰਜ਼ਾਈ ਆਏਗਾ ਕਿ ਕੋਈ ਨਾ ਕਿ ਅਸੀਂ ਤੁਰ ਜਾਈਏ ਘਰ ਅੱਜ। ਇਰਫਾਨ ਜੱਟ ਆਇਆ ਵੇ, ਕੀ ਪਤਾ ਉਹ ਆ ਕੇ ਕੋਈ ਦੱਸ ਦੇਵੇ। ਆਮਿਰ ਬਾਈ ਅਸਲਾਮ ਅਲੈਕੁਮ, ਇਹ ਕਿਹਦੀ ਫੋਟੋ ਲਾਈ ਜੇ? ਇਹ ਭਜਨ ਬੜੇ ਮਸ਼ਹੂਰ ਸ਼ਖਸੀਅਤ ਨੇ ਜਿਨ੍ਹਾਂ ਦਾ ਨਾਮ ਹੈ ਪੀਰ ਇਮਾਮ ਦੀਨ, ਔਰ ਉਹ ਥੇ ਚਮਾੜੋ ਕੇ ਪੀਰ। ਇਹਨਾਂ ਨੇ ਕੀ ਕਰ ਦਿੱਤਾ? ਇਹਨਾਂ ਨੇ ਵੱਡਾ ਕਰੋ ਜੀ, ਇਹਨਾਂ ਨੇ ਗਟਰ ਲਾੜ ਕੇ ਦਸਨ ਬਹੁਤ ਜ਼ਿਆਦਾ ਮਜ਼ਈਆਂ ਨੂੰ। ਅੱਛਾ ਅੱਛਾ ਅੱਛਾ, ਆ ਰਾਜਾ ਹੈ ਗਟਰ। ਇਹਨਾਂ ਦੀ ਵਜ੍ਹਾ ਨਾਲ ਤੇ ਲੜਾਈ ਹੋਈ ਸੀ। ਮੇਰੇ ਸਾਹਿਬ ਨੇ ਕਿਹਾ ਕਿ ਸਾਰੇ ਗਟਰ ਤੇਰੇ ਅੰਡਰ ਆ ਗਏ ਤੇ ਮੈਂ ਦੱਸੋ ਆਪਣੇ ਮਰੀਦਾਂ ਨੂੰ ਕੀ ਦਿਆਂਗਾ। ਅੱਛਾ ਪੰਡਿਤ ਸਾਹਿਬ ਜੀ, ਅੰਜੀਲ ਬਰਨਾਬਾਸ ਠੀਕ ਹੋ ਗਿਆ? ਹਾਂਜੀ। ਆ ਵੇਖੋ, ਤਬ ਉਸ ਵਕਤ ਕਾਹਨ ਨੇ ਕਿਹਾ, ਮਸਾਇਆ ਕਾ ਨਾਮ ਕਿਆ ਰੱਖਾ ਜਾਏਗਾ ਕਿ ਵੋ ਨਿਸ਼ਾਨੀ ਹੈ ਜੋ ਉਸਕੇ ਆਨੇ ਕੀ ਕਾ ਐਲਾਨ ਕਰੇਗੀ। ਯਸੂ ਨੇ ਜਵਾਬ ਦਿਓ, ਮਸੀਹ ਯਸੂ ਇੱਥੇ ਜਵਾਬ ਦੇ ਰਹੇ ਨੇ, ਮਸੀਹ ਦਾ ਨਾਂ ਇੱਥੇ ਕੀ ਰੱਖਣਾ ਹੈ? ਮਸਾਇਆ ਕਾ ਨਾਮ ਅਜੀਬ ਹੈ, ਇਸ ਲਈ ਅੱਲਾ ਤਾਲਾ ਜਿਸ ਵਕਤ ਉਸਕੀ ਜ਼ਾਤ ਕੋ ਪੈਦਾ ਕੀਆ ਹੈ ਉਸੇ ਆਸਮਾਨੀ ਰੋਸ਼ਨੀ ਮੈਂ ਖੁਦ ਰੱਖਾ ਖੁਦ ਹੀ ਇਸਕਾ ਨਾਮ ਵੀ ਰੱਖਾ। ਅੱਲਾ ਨੇ ਕਿਹਾ, ਐ ਮੁਹੰਮਦ ਤੂੰ ਸਬਰ ਕਰ ਇਸ ਲਈ ਕਿ ਤੇਰੇ ਲਈ ਜੰਨਤ ਔਰ ਦੁਨੀਆ ਔਰ ਮਖਲੂਕਾਤ ਕੀ ਬੜੀ ਭਾਰੀ ਭੀੜ ਜਿਸ ਕੋ ਤੁਝੇ ਬਖਸ਼ੂੰਗਾ ਪੈਦਾ ਕਰਨੇ ਕੋ ਇਰਾਦਾ ਰੱਖਤਾ ਹੂੰ, ਯਹਾਂ ਤੱਕ ਕਿ ਮੈਂ ਤੁਝੇ ਬਰਕਤ ਦੂੰਗਾ ਔਰ ਮੁਬਾਰਕ ਦਾਤ ਦੇਣੇ ਕੇ ਲੀਏ। ਤੇ ਇੱਥੇ ਜਿਹੜੀ ਗੱਲ ਹੋ ਰਹੀ ਹੈ ਨਾ, ਉਹ ਮਤਲਬ ਮਸਾਇਆ ਕਹਿ ਰਹੇ ਨੇ ਕਿ ਜਿਹੜੇ ਆਉਣ ਵਾਲਾ ਮਸਾਇਆ ਹੈ ਨਾ, ਉਹ ਅਸਲ ਦੇ ਵਿੱਚ ਰਸੂਲ ਅੱਲਾ ਨੇ, ਉਹ ਹੋਰ ਕੋਈ ਨਹੀਂ ਹੈ। ਤੇ ਹੁਣ ਰਸੂਲ ਅੱਲਾ ਦਾ ਤੇ ਆਪਣਾ ਵੀ ਦਾਵਾ ਨਹੀਂ ਹੈ ਕਿ ਉਹ ਮਸਾਇਆ ਨੇ। ਤੇ ਇਹਦੇ ਵਿੱਚ ਬੜੀ ਗੁਲਾਬੀ ਤਹਿਰੀਰਾਂ ਨੇ, ਤੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਹਦੀ, ਕਿ ਇਹਦੀ ਜਿਹੜੀ ਸ਼ਾਨ ਹੈ ਉਹ ਤੁਹਾਨੂੰ ਕੀ ਬਿਆਨ ਕਰੀਏ। ਬਾਬ ਨੰਬਰ 82 ਤੋਂ 85 ਦੇ ਵਿੱਚ ਵੀ ਨਾ, ਤੇ ਅੱਗੇ 110 ਤੋਂ 120 ਤੁਸੀਂ ਪੜ੍ਹੋ ਨਾ, ਤੇ ਉੱਥੇ ਜਾ ਕੇ ਸਾਰਾ ਉਹ ਕਿੱਸਾ ਮਿਲਦਾ ਕਿ ਮਸੀਹ ਯਸੂ ਦੀ ਜਗ੍ਹਾ ਕਿਸੇ ਹੋਰ ਨੂੰ ਲਟਕਾ ਦਿੱਤਾ ਗਿਆ ਸੀ। ਤੇ ਮਿਰਜ਼ੇ ਨੇ ਖੈਰ ਇਹਦੀ ਬੜੀ ਕੀਤੀ ਹੈ, ਤਾਰੀਫਾਂ ਕੀਤੀਆਂ ਨੇ ਉਸ ਅੰਜੀਲ ਦੀਆਂ। ਤੇ ਅਗਰ ਇਹ ਅੰਜੀਲ ਠੀਕ ਹੈ ਤਾਂ ਫਿਰ ਮੰਨ ਲੈਣਾ ਚਾਹੀਦਾ ਇਹਨਾਂ ਨੂੰ ਕਿ ਮਸਾਇਆ ਦੀ ਜਗ੍ਹਾ ਕੋਈ ਹੋਰ ਲਟਕਾਇਆ ਗਿਆ ਸੀ। ਬੜਾ ਲੰਬਾ ਜੇ ਮੈਂ ਤੁਹਾਨੂੰ ਦੱਸ ਸੁਣਾ ਇਹਦੇ ਵਿੱਚ ਨਾ, ਸਿਰਫ ਥੋੜ੍ਹੀ ਜਿਹੀ ਤੁਹਾਨੂੰ ਸੁਣਾਉਣਾ ਇਹਦੀ 11। ਇਸ ਵਕਤ ਯਸੂ ਕਾ ਚਿਹਰਾ ਚਮਕ ਉੱਠਾ, ਉਸਨੇ ਕਿਹਾ, ਐ ਔਰਤ ਮੁਝੇ ਦਿਖਾਈ ਦਿੱਤਾ ਹੈ ਕਿ ਤੂੰ ਇਮਾਨ ਵਾਲੀ ਹੈ, ਬਸ ਅਬ ਤੂੰ ਮਾਲੂਮ ਰੱਖ ਕੇ ਤਹਿਕੀਕ, ਮਸਾਇਆ ਪਰ ਹੀ ਇਮਾਨ ਲਾਣੇ ਸੇ ਅੱਲਾ ਕਾ ਹਰ ਇੱਕ ਬਰਗਜ਼ੀਦਾ ਖਲਾਸੀ ਪਾਏਗਾ। ਇਸ ਹਾਲਤ ਮੇਂ ਯੇ ਵਾਜਿਬ ਹੈ ਕਿ ਤੂੰ ਮਸਾਇਆ ਕੀ ਆਮਦ ਕੋ ਜਾਣੇ। ਔਰਤ ਨੇ ਕਿਹਾ, ਸ਼ਾਇਦ ਤੂੰ ਹੀ ਮਸਾਇਆ ਹੈ ਐ ਸੈਯਦ। ਯਸੂ ਨੇ ਜਵਾਬ ਦਿਆ, ਹੱਕ ਯੇ ਹੈ ਕਿ ਮੈਂ ਹੀ ਇਸਰਾਇਲ ਕੇ ਘਰਾਨੇ ਕੀ ਤਰਫ ਖਲਾਸ ਕਾ ਨਬੀ ਬਣਾ ਕਰ ਭੇਜਾ ਗਿਆ ਹੂੰ, ਲੇਕਿਨ ਮੇਰੇ ਬਾਅਦ ਜਲਦ ਹੀ ਮਸਾਇਆ
अल्लाह की तरफ से भेजा हुआ तमाम दुनिया के लिए आएगा वो मसाया कि अल्लाह ने उसकी वजह से दुनिया